ਹੈਲੋ ਵਿਊਵਰ, ਅਸਲਾਮ ਵਾਲੇਕਮ। ਮੈਂ ਹਾਂ ਯਾਸਰ ਸੰਧੂ, ਤੁਸੀਂ ਮੇਰਾ ਚੈਨਲ ਵੇਖ ਰਹੇ ਹੋ ਟਰੈਕਟਰ ਜ਼ੋਨ। ਤਾਂ ਦੋਸਤੋ, ਅੱਜ ਤੁਹਾਡੇ ਵਾਸਤੇ ਦੋ ਬਾਟਾ ਰੇਟ ਵਾਲੀਆਂ ਆਈਟਮਾਂ ਲੈ ਕੇ ਆਉਂਦੀਆਂ। ਇੱਕ ਤਾਂ ਡਿਸਕ ਆ 18 ਦੀ, 18 ਤਵੇ ਅਤੇ 26 ਇੰਚ ਦਾ ਤਵਾ, ਅਤੇ ਦੂਸਰਾ ਇੱਕ ਆ ਜਨਾਬ ਬੂਮ ਸਪਰੇ ਵਾਲੀ। ਮੇਰੇ ਨਾਲ ਅਰਸਲਾਨ ਨਾਲੇ ਦੱਸਣਗੇ। ਇਹ ਡਿਸਕ ਜਿਹੜੀ ਹੈ ਜੀ, ਰਹਿਮਾਨ ਜ਼ਰਈ ਇੰਡਸਟਰੀ ਓਕਾੜਾ ਦੀ ਬਣੀ ਹੋਈ ਆ। ਇਹਨੂੰ 26 ਇੰਚ ਦਾ ਤਵਾ ਪਿਆ ਹੋਇਆ ਇੰਜੀ ਆ ਜੀ। ਹਾਂਜੀ, 26 ਇੰਚ ਦਾ ਤਵਾ। ਕਿਹੜੇ? ਉਮਰਾਨਾ ਦਾ। ਉਮਰ ਦਾ? ਹਾਂਜੀ, ਉਮਰ ਦਾ ਤਵਾ ਪਿਆ ਜੀ ਇਹਨੂੰ 26 ਇੰਚ ਦਾ। ਤਾਂ ਇਹ ਡਿਸਕ ਦੇ ਤਵੇ ਦੀ ਪੋਜੀਸ਼ਨ ਜਿਹੜੀ ਆ, ਉਹ ਕਰੀਬ ਤੋਂ ਤੁਹਾਡੇ ਸਕਰੀਨ 'ਤੇ ਵੀਡੀਓ ਚੱਲ ਰਹੀ ਹੈ, ਤੁਸੀਂ ਦੇਖ ਸਕਦੇ ਹਾਂ ਤਵਿਆਂ ਦੀ ਪੋਜੀਸ਼ਨ ਇਹਦੀ ਕੀ ਆ। ਇਹਦੇ ਨਾਲ ਜਿਹੜੇ ਟਾਇਰ ਆਏ ਨੇ ਉਹ ਪਿਛਲੀ ਸਾਈਡ 'ਤੇ ਕੀ ਹੈ ਜੀ? ਇਹ ਪੈਂਥਰ ਦੇ ਟਾਇਰ ਪਏ ਹੋਏ ਨੇ, ਬਿਹਤਰੀਨ ਔਰ ਬ੍ਰੈਂਡ ਨਿਊ ਟਾਇਰ ਨੇ। ਬ੍ਰੈਂਡ ਨਿਊ ਮੈਂ ਤੁਹਾਨੂੰ ਤਾਂ ਕਹਿ ਰਿਹਾ ਵੀ ਇੱਕ 10 ਕਿਲੋਮੀਟਰ ਵੀ ਇਹ ਨਹੀਂ ਚੱਲੇ ਹੋਏ। ਇਹ ਡਿਸਕ ਜਿਵੇਂ ਲੋਡ ਹੋ ਕੇ ਆਈ ਉਵੇਂ ਟਾਇਰ ਲਾ ਕੇ ਇਹਨਾਂ ਨੇ ਰੱਖ ਦਿੱਤੇ। ਇੱਦਾਂ ਹੀ ਹੈ ਨਾ ਜੀ? ਹਾਂਜੀ ਹਾਂਜੀ। ਤੁਹਾਡੇ ਫਾਰਮ ਦੇ ਵਿੱਚ ਹੀ ਚੱਲਦੀ ਸੀ, ਬਾਹਰ ਅੰਦਰ ਤਾਂ ਜਾਂਦੀ ਨਹੀਂ? ਬਾਹਰ ਅੰਦਰ ਜਾਂਦੀ ਨਹੀਂ। ਇਹ ਟਾਇਰ ਦਸਤੀ ਸਿਰਫ ਤੁਹਾਨੂੰ ਵੀਡੀਓ ਬਣਾਉਣ ਵਾਸਤੇ ਇਹਦੇ ਵਿੱਚ ਪਾਏ ਗਏ ਆ। ਵੀਡੀਓ ਤੁਹਾਡੀ ਸਕਰੀਨ 'ਤੇ ਆ ਰਹੀ, ਟਾਇਰਾਂ ਦੀ ਪੋਜੀਸ਼ਨ, ਰਿਮਾਂ ਦੀ ਪੋਜੀਸ਼ਨ। ਫੀਐਟ ਦੇ ਇਹਨੂੰ ਰਿਮ ਲੱਗੇ ਹੋਏ ਆ, ਬਿਲਕੁਲ ਫਰੈਸ਼ ਔਰ ਨਏ ਰਿਮ ਨੇ। ਜਦੋਂ ਚੱਲੀਆਂ ਹੀ ਨਹੀਂ ਅਤੇ ਟਾਇਰ ਚੱਲੇ ਹੀ ਨਹੀਂ, ਡਿਸਕ ਚੱਲੀ ਹੋਈ ਆ। ਡਿਸਕ ਅਲਬੱਤਾ ਚੱਲੀ ਆ, ਤਵਿਆਂ ਦੀ ਪੋਜੀਸ਼ਨ ਤੁਸੀਂ ਦੇਖ ਸਕਦੇ ਆ। ਲਓ, ਮਜ਼ੀਦ ਤੁਹਾਨੂੰ ਜਿਹੜਾ ਆ ਉਹ ਕਰੀਬ ਕਰਕੇ ਮੈਂ ਦਿਖਾ ਰਿਹਾ। ਅਰਸਲਾਨ, ਇਹ ਪਲੇਟ ਵਾਲਾ ਤਾਂ ਨਹੀਂ, ਇਹ ਬਾਲੇ ਵਾਲਾ ਨਾ? ਹਾਂਜੀ, ਬਾਲੇ ਵਾਲਾ। 6 ਕਿੰਨੇ ਦਾ ਫਰੇਮ ਆ ਜੀ? ਮੇਰਾ 6 ਦਾ। 6-6 ਦਾ? ਹਾਂਜੀ। ਅੱਛਾ ਜੀ, 6-6 ਦਾ ਜੀ। ਇਹ ਨਵੇਂ ਲੋਹੇ ਦੀਆਂ ਡਿਸਕਾਂ ਆ, ਕੋਈ ਮਤਲਬ ਕੋਈ ਪੁਰਾਣੇ ਲੋਹੇ ਦੀਆਂ ਬਣੀਆਂ ਹੋਈਆਂ ਨਹੀਂ। ਅਤੇ ਤਵਿਆਂ ਦੇ ਕੱਟ ਅਤੇ ਉਹਨਾਂ ਦੀ ਪੋਜੀਸ਼ਨ ਤੁਹਾਡੇ ਸਾਹਮਣੇ ਆ। 26 ਇੰਚ ਦਾ ਇਹ ਤਵਾ ਪਿਆ ਹੋਇਆ ਵਾ। ਆਮ ਤੌਰ 'ਤੇ ਮਾਰਕੀਟ 24 ਦਾ ਆ, ਜਿਹੜੀਆਂ ਵੱਡੀਆਂ ਫਰਮਾਂ ਨੇ ਜਾਂ ਵੱਡੇ ਫਾਰਮ ਵਾਲੇ ਐਗਰੀਕਲਚਰ ਫਾਰਮ, ਜਿਵੇਂ ਜ਼ਿਆਦਾ ਜ਼ਮੀਨਾਂ ਵਾਲੇ ਜਿਹੜੇ ਬੰਦੇ ਨੇ, ਉਹ ਫਿਰ 26 ਇੰਚ ਦਾ ਪਵਾ ਲੈਂਦੇ ਆ ਵੀ ਛੇਤੀ ਕਸੇ ਨਾ। ਅੱਛਾ ਜੀ, ਤਵੇ ਦਾ ਵੀ ਦਿਖਾ ਦਿਓ ਜਿਹੜੇ ਕੰਪਨੀ ਦਾ। ਜੀ ਜੀ, ਇੱਕ ਤਵਾ ਦਿਖਾ ਦਿੰਦੇ ਹਾਂ। ਅੱਛਾ ਜੀ, ਅਰਸਲਾਨ ਬਾਈ, ਇਹਦੇ ਕੀ ਡਿਮਾਂਡ ਕੀ ਹੈ ਇਹਦੀ? 5.5 ਲੱਖ। 5.5 ਲੱਖ ਰੁਪਏ ਇਹਦੀ ਡਿਮਾਂਡ ਆ ਜੀ। ਠੀਕ ਹੋ ਗਿਆ ਜੀ। ਇਹਦੀ ਜਨਾਬ ਕਿਸੇ ਪਾਸਿਓਂ ਨਵਾਂ ਵੈਲਡਿੰਗ ਨਹੀਂ ਹੋਇਆ, ਕੋਈ ਟੁੱਟ ਭੱਜ ਨਹੀਂ। ਇਹ ਸਿੰਗਲ ਕੱਚੇ ਰੰਗ ਦੇ ਵਿੱਚ ਆਈ ਹੋਈ ਹੈ। 2021 ਦੇ ਵਿੱਚ ਇਹਨਾਂ ਖਰੀਦੀਆਂ ਸਨ। ਅਤੇ ਇਹ ਰਹਿਮਾਨ ਵਾਲਿਆਂ ਦੇ ਉੱਤੇ ਸਟਿੱਕਰ ਮਟਿੱਕਰ ਜਿਹਾ ਲੱਗੇ ਹੋਏ ਨੇ। ਕੋਈ ਡਿਸਕ ਦੇ ਅੰਦਰ ਐਕਸਟਰਾ ਕੋਈ ਟੁੱਟ ਭੱਜ, ਕੋਈ ਵਾਧਾ ਘਾਟਾ, ਵੈਲਡਿੰਗ ਸ਼ੈਲਡਿੰਗ ਕੋਈ ਸ਼ੈ ਨਹੀਂ ਕਿ ਸਾਫ਼ ਸੁਥਰੇ ਮਟੀਰੀਅਲ 'ਚ ਔਰ ਬਹੁਤ ਹੈਵੀ ਡਿਊਟੀ ਫਰੇਮ 'ਚ ਬਣੀ ਹੋਈ ਆ। ਡਿਸਕ ਹੈਵੀ ਡਿਊਟੀ ਫਰੇਮ ਵਿੱਚ ਹੀ ਹੋਣੀ ਚਾਹੀਦੀ ਆ। ਉਹਦੀ ਰੀਜ਼ਨ ਇਹ ਹੁੰਦੀ ਆ ਕਿ ਇਹਦੇ ਨਾਲ ਫਿਰ ਡਿਸਕ ਜਿਹੜੀ ਆ ਲੱਗਦੀ ਚੰਗੀ ਆ, ਕਟਾਈ ਜ਼ਮੀਨ ਦੀ ਚੰਗੀ ਕਰਦੀ ਆ। ਕੁਝ ਇਸ ਤਰ੍ਹਾਂ ਦੀ ਪੋਜੀਸ਼ਨ ਆ। ਨੰਬਰ ਜਿਹੜਾ ਆ ਉਹ ਦੱਸੋ ਜੀ ਅਰਸਲਾਨ ਸਾਹਿਬ, ਆਪਣਾ ਨੰਬਰ ਦੱਸੋ। 0317 69 55 359। 69 55 ਹਾਂ, 399 399 ਇਹ ਨੰਬਰ ਆ ਜੀ ਇਹਨਾਂ ਦਾ। ਹੁਣ ਤੁਹਾਨੂੰ ਨਾਲ ਹੀ ਮੈਂ ਬੂਮ ਦਿਖਾਉਣਾ ਆ, ਜਿਹੜੀ ਫਾਰ ਸੇਲ ਆ ਉਹਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਨੂੰ ਲੱਗ ਕੇ ਜਾ ਕੇ। ਜੀ ਅਰਸਲਾਨ ਬਾਈ, ਰੂਟਾਵੈਟਰ ਵੀ ਫਾਰ ਸੇਲ ਨਿਕਲ ਆਇਆ। ਇਹ ਕਿੰਨੇ ਕਟਰ ਆ ਜੀ? ਇਹ ਜੀ 54 ਕਟਰ ਆ, ਰਹਿਮਾਨ ਜ਼ਰਈ ਇੰਡਸਟਰੀ ਦਾ ਬਣਿਆ ਹੋਇਆ ਜੀ, ਉਕਾੜੇ ਦਾ। ਅੱਛਾ, ਡਿਸਕਾਂ ਤੇ ਇਹ ਇਕੱਠੀਆਂ ਲਿਆਂਦੀਆਂ? ਠੀਕ ਆ, ਠੀਕ ਆ ਜੀ। ਇਹਦੀ ਕੀ ਡਿਮਾਂਡ ਆ ਜੀ ਅਰਸਲਾਨ ਬਾਈ? 3 ਲੱਖ। 3 ਲੱਖ ਰੁਪਈਆ ਇਹਦੀ ਡਿਮਾਂਡ ਆ ਜੀ। 54 ਕਟਰ ਆ ਜੀ ਇਹ? 54। ਅੱਛਾ ਜੀ, ਫਾਲੇ ਜਿਹੜੇ ਆ, ਫਾਲੇ ਦਾ ਰਸਦਾਨ ਪਾਈ 50 ਜੇ ਆ, 50 ਆ, 50% ਹੀ ਗੇਣ ਹੁੰਦੇ ਆ।
ਤੇ ਬਾਕੀ ਜੀ ਥੱਲੜੀ ਸਾਈਡ ਦੀਆਂ ਇਹਦੀਆਂ ਸੀਲਾਂ ਦੇਖ ਲਓ, ਦੋਨਾਂ ਸਾਈਡਾਂ ਦੀਆਂ ਵੈਰੰਗਾਂ ਵਾਲੀਆਂ, ਪਾਲੀ ਸਾਈਡ ਵੀ ਦੇਖ ਲਓ, ਥੱਲਿਓਂ ਕੋਈ ਸੀਲ ਲੀਕ ਨਹੀਂ ਆ, ਹੈਵੀ ਮਟੀਰੀਅਲ ਦੇ ਵਿੱਚ ਬਣਿਆ ਹੋਇਆ ਜੀ ਇਹ। ਅੱਛਾ ਗਰਾਰੀਆਂ ਵਾਲਾ ਚੈਨ ਵਾਲਾ ਨਹੀਂ, ਇਹ ਸਾਈਡ ਤੇ ਇਹਦੇ ਕੀ ਪੈਂਦਾ, ਤੇਲ ਪੈਂਦਾ, ਗਰੀਸ ਨਹੀਂ ਹੁੰਦੀ। ਠੀਕ ਹੋ ਗਿਆ। ਅੱਛਾ ਆਪ ਗਰਾਰੀਆਂ ਪਰਚੇਸ ਕੀਤੀਆਂ, ਕਹਿੰਦੇ ਜੀ ਅਸੀਂ ਵਲੈਤੀ ਗਰਾਰੀਆਂ ਵਿੱਚ ਪਵਾਈਆਂ ਹੋਈਆਂ। ਅੱਛਾ ਅੱਛਾ ਰਹਿਮਾਨ ਵਾਲਿਆਂ ਦੀਆਂ ਕੱਢ ਕੇ ਅਸੀਂ ਕਹਿੰਦੇ ਵਲੈਤੀ ਪਵਾਈਆਂ। ਠੀਕ ਹੈ ਜੀ, ਗਰਾਰੀਆਂ ਦੀ ਗਰੰਟੀ ਅਸੀਂ ਖੋਲ ਕੇ ਵੀ ਕਹਿੰਦੇ ਚੈੱਕ ਕਰਾਵਾਂਗੇ। ਤੇ ਕਿੰਨੇ ਪੈਸੇ ਨੇ ਦੱਸੇ ਜੀ? 3 ਲੱਖ ਸ਼ਾਹ ਜੀ ਦੱਸਿਆ ਆ, ਤੇ ਇਹਦੇ ਫਾਈਨਲ ਰੇਟ ਆ, ਤੇ ਇਹਦੇ ਜਿਹੜਾ ਆ ਉਹ 3 ਲੱਖ ਰੁਪਿਆ। ਤੇ ਇਹਦੀ ਨੰਬਰ ਕੀ ਹੈ ਜੀ ਤੁਹਾਡਾ ਫੋਨ ਨੰਬਰ? 0317-5359-399 ਜੀ। ਠੀਕ ਹੈ ਜੀ। ਜੀ ਜਨਾਬ ਇਹ ਵਾਲੀ ਹੈ ਬੂਮ, ਇਹ ਵੀ ਫਾਰ ਸੇਲ ਹੈ। ਅਰਸਲਾਨ ਬਾਈ ਇਹਦੇ ਬਾਰੇ ਦੱਸੋ ਕੁਛ। ਸਾਰੇ ਨਵੀਂ ਲਈ ਸੀ ਸਟੀਲ ਵਾਲਾ ਡਰਾਮਾ, 4.5 ਫੁੱਲ ਸਾਈਜ਼ ਹੀ ਹੈ ਇਹ। 4.5 ਡਰਾਮ ਚਾਹ ਦੇ ਵਿੱਚ ਕਿੰਨੇ ਲੀਟਰ ਦੀ ਹੁੰਦੀ ਟੈਂਕੀ? 450 ਤੋਂ ਜ਼ਿਆਦਾ ਹੀ ਪਾਣੀ ਪੈਂਦਾ ਇਹ 'ਚ। ਅੱਛਾ ਹਾਂਜੀ। ਅਤੇ ਫੁੱਲ ਖੁੱਲ੍ਹੇ 25 ਫੁੱਟ ਕੇ ਪਤਾ ਨਹੀਂ 20 ਫੁੱਟ ਇਹਦੀ ਚੁੜਾਈ ਇਹਦੀ। ਅੱਛਾ ਇਹਨਾਂ ਦੀ ਜਿਹੜੇ ਪੱਲੇ ਜਿਹਾ ਠੀਕ ਆ। 3 ਪੱਲਿਆਂ 'ਚ ਇਹ ਇਸਤੇਮਾਲ ਹਜੇ ਨੀ ਕੀਤੀ, ਪਰ ਖੜੀ ਜਦੋਂ ਚਾਲੂ ਹਾਲਤ ਚ ਕੀਤੀ ਸੀਗੀ। ਜਦੋਂ ਕੀਤੀ ਸੀ ਉਦੋਂ ਚਾਲੂ ਹਾਲਤ ਚ ਕੀਤੀ ਸੀਗੀ, ਜਦੋਂ ਪਈ ਨੀ ਉਦੋਂ ਦੀ ਫਿਰ ਖੜੀ ਹੈ। ਅੱਛਾ ਜੀ ਠੀਕ ਹੋ ਗਿਆ। ਆਹ ਇਹਦਾ ਕਰਾਸ ਆ ਨਾ? ਹਾਂਜੀ। ਆਹ ਪੰਪ ਸ਼ੰਪ ਲੱਗਾ ਥੱਲੇ? ਹਾਂਜੀ ਆਹ ਪੰਪ ਇਹ ਹੈ ਜੀ, ਪੰਪ ਇਹਦੇ ਥੱਲੇ ਲੱਗਾ ਜਿਹੜਾ ਇਨਲਾਈਨ ਪੰਪ। ਇਹਦੇ ਕੀ ਆਪਣਾ ਨੰਬਰ ਦੱਸੋ ਜੀ। ਉਹੀ 0317-5359-399 ਜੀ। ਇਹਨਾਂ ਦੀ ਡਿਮਾਂਡ ਇਸ ਦੀ 2.5 ਲੱਖ ਰੁਪਈਆ ਇਹਨਾਂ ਨੇ ਕੀਤੀ ਹੈ। ਇਹਨਾਂ ਦੇ ਦੋਨਾਂ ਨੰਬਰਾਂ ਦੇ ਉੱਤੇ ਤੁਸੀਂ ਡਿਸਕਾਂ ਦੀ ਅਤੇ ਇਹਨਾਂ ਦੇ ਵਿੱਚੋਂ ਜਿਹੜੀ ਸ਼ਾਇਦ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਡੀਲ ਕਰ ਸਕਦੇ ਹਾਂ। ਰੰਗ ਰੰਗ ਵੱਲ ਇਹਨਾਂ ਦਾ ਹੱਥ ਤੰਗ ਹੀ ਸੀਗਾ ਜ਼ਰਾ, ਅਤੇ ਇਹਨਾਂ ਨੇ ਨਾ ਤਾਂ ਜਿਹੜਾ ਉਹ ਡਿਸਕਾਂ 'ਤੇ ਰੰਗ ਦੀ ਬਹੁਤੀ ਤਵੱਜੋ ਜਾ ਕੇ ਕਰਵਾਈ, ਅਤੇ ਨਾ ਫਿਰ ਇਹ ਬੂਮ ਦੇ ਉੱਤੇ ਦੁਬਾਰਾ ਕਰਵਾਇਆ ਵੀ ਜਿਹੜੇ ਰੰਗ 'ਚ ਖੜੀ ਹੈ ਉਸੇ 'ਚ ਖੜੀ ਹੈ। ਅਤੇ ਦੋਨੋਂ ਚੀਜ਼ਾਂ ਤੁਹਾਡੇ ਸਾਹਮਣੇ ਆ। ਮਜ਼ੀਦ ਤੁਸੀਂ ਇਹਨੂੰ ਵਿਜ਼ਿਟ ਕਰਨਾ ਹੋਵੇ, ਇਹਦੀ ਲੋਕੇਸ਼ਨ ਆ ਜ਼ਿਲ੍ਹਾ ਵਿਹਾੜੀ, ਲੁੱਡਨ ਰੋਡ, ਅੱਡਾ ਰੱਤਾ ਟੇਬਾ। ਠੀਕ ਹੈ ਜੀ, ਲੁੱਡਨ ਰੋਡ, ਅੱਡਾ ਰੱਤਾ ਟਿੱਬਾ। ਫੋਨ ਦੇ ਉੱਤੇ ਰਾਬਤਾ ਕਰਕੇ ਤੁਸੀਂ ਕਾਲ ਕਰਕੇ ਜਾਂ ਵਟਸਐਪ ਦੇ ਉੱਤੇ ਕਰਕੇ ਤੁਸੀਂ ਤਫਸੀਲ ਲੈ ਸਕਦੇ ਹਾਂ ਇਹਨਾਂ ਕੋਲੋਂ। ਇਹਨਾਂ ਨਾਲ ਜਿਹੜੀ ਆ ਉਹ ਕਮੀ ਪੇਸ਼ੀ ਕਰਾ ਕੇ ਰੇਟ ਦੀ ਵਾਧਾ ਘਾਟਾ ਕਰਕੇ ਤੁਸੀਂ ਇਹ ਖਰੀਦ ਸਕਦੇ ਹਾਂ।